ਹੈਲੋ एवरीवन वेलकम टू द चैनल स्टडी ਵਿਦ ਪੂਜਾ ਸੋ ਇਸ ਵੀਡੀਓ ਦੇ ਵਿੱਚ ਕਰਾਂਗੇ ਬੋਟਨੀ ਦੇ ਅੱਗੇ 25 ਤੋਂ ਅੱਗੇ ਜਿਹੜੇ ਕੁਐਸ਼ਨਸ ਹੈਗੇ ਉਹਨਾਂ ਬਾਰੇ ਡਿਸਕਸ ਕਰਾਂਗੇ ਜਿਹੜੇ ਕਿ ਮਾਸਟਰ ਕੈਡਰ 3582 ਵਾਲੀ ਪੋਸਟ ਦੇ ਜਿਹੜੇ ਪੇਪਰ ਹੋਏ ਸੀ ਸੋ 25 ਕੁਐਸ਼ਨ ਆਪਾਂ ਪਹਿਲੇ ਕਰ ਚੁੱਕੀਆਂ ਪਿਛਲੀ ਵੀਡੀਓ ਦੇ ਵਿੱਚ ਉਹਦਾ ਲਿੰਕ ਅਗੇ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਸੋ ਅਗੇ ਸਟਾਰਟ ਕਰਦੇ ਹਾਂ 26 26th ਕੁਐਸ਼ਨ ਹੈ ਵਿਚ ਵਨ ਆਫ ਦਾ ਫੋਲੋਇੰਗ ਟ੍ਰੈਕੀਓਫਾਈਟਸ ਆਰ ਲੀਫਲੈਸ ਕਿ ਕਿਹੜੀ ਇਦਾਂ ਦੀ ਟ੍ਰੈਕੀਓਫਾਈਟਸ ਹੁੰਦੀ ਹੈਗਿਆ ਜਿਹੜੀ ਕਿ ਲੀਫलेस ਹੁੰਦੀਆਂ ਮਤਲਬ ਜਿਨ੍ਹਾਂ ਤੇ ਲੀਫਸ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਸਿਲੋਪਸੀਡਾ ਹੈ ਲਾਈਕੋਪਸੀਡਾ ਹੈ ਸਫੈਨੋਪਸੀਡਾ ਹੈ ਟੈਰੋਪਸੀਡਾ ਹੈ ਹੁਣ ਇਹ ਸਬ ਕਲਾਸਿਸ ਹੈਗੀਆਂ ਜਿਹਦਾ ਪਲੈਂਟ ਕਿੰਗਡਮ ਦੇ ਵਿੱਚ ਅਸੀਂ ਡਿਵੀਜ਼ਨਸ ਪੜ੍ਹਦੇ ਹਾਂ ਨਾ ਉਹਨਾਂ ਦੀ ਫਰਦਰ ਕਲਾਸਿਸ ਦਸੀਆਂ ਹੋਈਆਂ ਹੈਗੀਆਂ ਠੀਕ ਹੈ ਟੈਰੀਡੋਫਾਈਟਸ ਦੀਆਂ ਸੋ ਇਹਦੇ ਵਿੱਚ ਜਿਹੜੇ ਇਹ ਟ੍ਰੈਕਾਇਓਫਾਈਟਸ ਹੁੰਦੇ ਹੈਗੇ ਆ ਠੀਕ ਹੈ ਟਾਈਡੋਫਾਈਟਸ ਜਿਹੜੇ ਟ੍ਰੈਕਾਇਓਫਾਈਟਸ ਕਿਹੜੇ ਕਹਿੰਦੇ ਲੀਫਲੈਸ ਹੁੰਦੇ ਆ ਸੋ ਜਿਹੜੇ ਸਿਲੋਪ ਸਿਲੋਪਸੀਡਾ ਹੈ ਇਹ ਜਿਹੜੇ ਹੈਗੇ ਆ ਇਹ ਲੀਫਲੈਸ ਹੁੰਦੇ ਆ ਸੋ ਇਹਦੀ ਆਪਸ਼ਨ ਆਣੀ ਆਪਸ਼ਨ A ਠੀਕ ਹੈ ਬਾਕੀ ਇਹਨਾਂ ਦੇ ਵਿੱਚ ਥੋੜੀ ਬਹੁਤ ਲੀਫਸ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਬਟ ਮੀਨ ਜਿਹੜਾ ਸਿਲੋਪ ਸਿਲੋਪਸੀਡਾ ਹੈਗਾ ਆ ਇਹਦੇ ਵਿੱਚ ਲੀਫਸ ਨਹੀਂ ਹੁੰਦੀਆਂ ਇਹ ਲੀਫਲੈਸ ਹੁੰਦਾ ਹੈ ਸੋ অপਸ਼ਨ ਇਹ ਆਏਗੀ 27th ਕੁਸ਼ਨ ਹੈ ਗੈਮੀਟੋਫਾਈਟ ਆਫ ਦ ਸਿਲੋਪਸੀਨਾ ਡਵਲਪਸ ਅ ਸਿਮਬਾਇਓਟਿਕ ਐਸੋਸੀਏਸ਼ਨ ਵਿਦ ਵਿਚ ਆਫ ਦ ਫੋਲੋਇੰਗ ਕੀ ਹੋਣੀ ਜਿਹੜਾ ਸਿਲੋਪਸੀਡਾ ਹੈ ਇਹ ਨਾ ਮਤਲਬ ਟਾਈਡੋਫਾਈਟ ਹੈ ਉਹਨਾਂ ਕੇਂਦੇ ਇੱਕ ਇਹਦੇ ਨਾਲ ਸਿਮਬਾਇਓਟਿਕ ਐਸੋਸੀਏਸ਼ਨ ਕਾਜ਼ ਕਰਦਾ ਮਤਲਬ सिलोपसीडा दैमीटोफाइट है ठीक है वो डेवलप करते हैं कि सिम्बाइटिक uh, एसोसीएशन करके एलगई के न बैक्टीरिया प्रोटोजोआ कि फंगस के नाल सो ओबियसली नाल फंजाई जी होंगी यह मिलकर ग्रो कर दिबायटिक एसोसीएशन कोस कर दिया करते हैं सो यदि ऑप्शन आएगी ऑप्शन डी फंगस के नाल यह जड़ा है सिम्बैटिक एसोसीएन कोस करते मतलब उन्होंने मिल के काम कर दिया नैक्सट क्वेश्चन है मेज़ इज़ एन इग्जाम्पल ऑफ मेज़ कि एग्जाम्पल हैगी है ठीक है मेज़ जड़ा ਦਿਆ ਹੁਣ ਜਿੱਦਾਂ ਆਪਾਂ ਪੜ੍ਹਦੇ ਹੈਗੀਆਂ ਕਿ ਪੀ ਹੋਗੇ ਮਟਰ ਹੋਗੇ ਹਨਾ ਬੀਨਸ ਹੋਗੇ ਠੀਕ ਹੈ ਇਹ ਜਿਹੜੇ ਹੁੰਦੀਆਂ ਇਹ ਡਾਈਕਾਟ ਦੇ ਵਿੱਚ ਆਉਂਦੀ ਹੈਗਿਆ ਠੀਕ ਹੈ ਜਿੱਦਾਂ ਗ੍ਰਾਸ ਫੈਮਿਲੀ ਦੇ ਵਿੱਚ ਗ੍ਰਾਸ ਹੋਗੀ ਹਨਾ ਈਵਨ ਮੇਜ਼ ਹੋਗੇ ਠੀਕ ਹੈ ਇਹ ਜਿਹੜੇ ਹੁੰਦੀਆਂ ਇਹ ਮੋਨੋਕਾਟ ਹੁੰਦੀਆਂ ਮੋਨੋਕਾਟਿਲੀਡਨ ਜਿਹੜੇ ਹੈਗੇ ਇਹ ਪ੍ਰੈਜ਼ੈਂਟ ਹੁੰਦੀਆਂ ਠੀਕ ਹੈ ਕਿਉਂਕਿ ਇਹ ਡਿਵਾਈਡ ਨਹੀਂ ਪ੍ਰੋਪਰ ਹੋ ਪਾਂਦੇ ਜਦਕਿ ਜਿਹੜੇ ਡਾਈਕਾਟ ਹੁੰਦੇ ਆ ਉਹ ਇਸ ਤਰੀਕੇ ਨਾਲ ਦੋ ਹਿੱਸੇ 'ਚ ਡਿਵਾਈਡ ਹੋ ਜਾਂਦੇ ਜਿੱਦਾਂ ਕਿ ਬੀਨਸ ਪੀ ਜਾਂ ਗ੍ਰਾਮ ਹੋਗੇ ਹਨਾ जनी सो so जी मेज़ है जड़ी होती है, ठीक है, है, है एक ही है मोनोकोट है डायकॉट मोनो है जिम्नोसपमे टाइडोफाइट है ओबियसली की हैगी मोनोकॉट हैगी है ठीक है सो ऑप्शन ए आनी है नैक्ट ट्वेंटी नाइन्थ क्वेश्चन अ टाइप ऑफ सेल कल्चर दैट कैन प्रोड्यूस फॉर एन एक्सटेंडेड नंबर ऑफ द जनरेशन एंड इज यूज्ड टू सपोर्ट द वायरल रेप्लिकेशन कि ਕਿਹੜੇ ਇਦਾਂ ਦਾ ਸੈੱਲ ਕਲਚਰ ਜਿਹੜਾ ਹੈਗਾ ਨੀਚੇ ਦੱਸਿਆ ਵਿੱਚੋਂ ਕਿਹੜਾ ਇਦਾਂ ਦਾ ਸੈੱਲ ਕਲਚਰ ਹੈਗਾ ਆ ਜਿਹੜਾ ਕਿ ਅਗਰ ਨੰਬਰ ਆਫ ਜਨਰੇਸ਼ਨਸ ਵਧਾਣੀਆਂ ਹੋਣ ਜਾਂ ਕਿਸੇ ਆਰਗਨਿਜ਼ਮ ਦੇ ਜਿਹੜੀ ਵਾਇਰਲ ਰੈਪਲੀਕੇਸ਼ਨ ਕਰਨੀ ਹੋਵੇ ਠੀਕ ਹੈ ਤੇ ਉਹਦੇ ਵਿੱਚ ਕਿਹੜਾ ਸੈੱਲ ਕਲਚਰ ਜਿਹੜਾ ਹੈਗਾ ਆ ਉਹ ਯੂਜ਼ ਕੀਤਾ ਜਾਂਦਾ ਹੈ ਸੈੱਲ ਕਲਚਰ ਕੰਟੀਨਿਊਸ ਸੈੱਲ ਲਾਈਨ सेल स्ट्राइन एंड डिप्लॉयड फाइब्रोब्लास्ट सेल्स सो दी ऑप्शन है कि कंटीन्यूअस सेल लाइन ठीक है ऑप्शन बी जड़ी, जड़ी है कि आ ए दी करेक्ट ऑप्शन है कि ए दी विच जेडी कंटीन्यूअस सेल लाइन हैगी आ यही सेल कल्चर ਦੇ ਤੌਰ ਤੇ ਜਿਹੜੀ ਹੈਗੀ ਯੂਜ਼ ਕੀਤੀ ਜਾਂਦੀ ਹੈ ਅਗਰ ਨੰਬਰ ਆਫ ਜਨਰੇਸ਼ਨ ਨੂੰ ਐਕਸਟੈਂਡ ਕਰਨਾ ਹੋਵੇ ਜਾਂ వైరਲ ਰੈਪਲੀਕੇਸ਼ਨ ਕਰਨੀ ਹੋਵੇ ਤਾਂ ठीक है सो ऑप्शन बी ਆਏਗਾ नेक्स्ट 20 uh, 30th क्वेश्चन व्हिच ऑफ द फॉलोइंग इज नॉट ਐਨ ਆਰਐਨਏ ਵਾਇਰਸ ਕਿਹੜਾ ਇਦਾਂ ਦਾ ਹੈ ਜਿਹੜਾ ਆਰਐਨਏ ਵਾਇਰਸ ਨਹੀਂ ਹੁੰਦਾ ਹੈਗਾ ਠੀਕ ਹੈ ਉਹ ਦੱਸਣਾ ਹੁਣ ਵਾਇਰਸ ਦੇ ਵਿੱਚ ਬੇਸਿਕਲੀ ਕੀ ਪ੍ਰੈਜ਼ੈਂਟ ਹੁੰਦਾ ਉਹਨਾਂ ਦੇ ਵਿੱਚ ਆਰਐਨਏ ਹੀ ਪ੍ਰੈਜ਼ੈਂਟ ਹੁੰਦਾ ਉਹਨਾਂ ਦਾ ਜੈਨੇਟਿਕ ਮੈਟੀਰੀਅਲ ਠੀਕ ਹੈ ਬਾਕੀ ਸਾਰੇ ਐਨੀਮਲਸ ਵਗੈਰਾ ਜਿਹੜੀ ਹੁੰਦੀ ਉਹਨਾਂ ਦੇ ਵਿੱਚ ਡੀਐਨਏ ਐਜ਼ ਅ ਜੈਨੇਟਿਕ ਮੈਟੀਰੀਅਲ ਕਰਦਾ ਕੰਮ ਜਦ ਕਿ ਜਿਹੜੇ ਵਾਇਰਸ ਹੁੰਦੀ ਹੈਗੀਆਂ ਉਹਨਾਂ ਦੇ ਵਿੱਚ ਕੀ ਹੁੰਦਾ ਆਰਐਨਏ ਪ੍ਰੈਜ਼ੈਂਟ ਹੁੰਦਾ ਹੈ ਠੀਕ ਹੈ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿਹੜਾ ਆਰਐਨਏ ਵਾਇਰਸ ਨਹੀਂ ਹੈਗਾ ਇਦਾਂ ਦਾ ਵੀ ਵਾਇਰਸ ਆ ਜਿਹੜਾ ਆਰਐਨਏ ਜਿਹਦੇ ਵਿੱਚ ਨਹੀਂ ਨਾਮ ਦੀ ਬਿਮਾਰੀ ਹੁੰਦੀ ਆ ਸੋ ਰੈਟ੍ਰੋਵਾਇਰਸ ਇਨਾਂ ਦੇ ਵਿੱਚ ਆਬਵੀਅਸਲੀ ਆਰਐਨਏ ਹੁੰਦਾ ਹੈ ਸਿੰਗਲ ਸਟ੍ਰੈਂਡਡ ਆਰਐਨਏ ਹਣਾ ਐਂਟੀਰੋਵਾਇਰਸ ਹੁੰਦਾ ਹੈਗਾ ਰੈਬੈਡੋਵਾਇਰਸ ਇਨਾਂ ਦੇ ਤਿੰਨਾਂ ਦੇ ਵਿੱਚ ਕੀ ਹੁੰਦਾ ਆਰਐਨਏ ਪ੍ਰੈਜ਼ੈਂਟ ਹੁੰਦਾ ਜਿਹੜਾ ਐਡੀਨੋਵਾਇਰਸ ਹੈ ਇਹਦੇ ਵਿੱਚ ਆਰਐਨਏ ਜਿਹੜਾ ਉਹ ਨਹੀਂ ਹੁੰਦਾ ਠੀਕ ਹੈ ਸੋ অপਸ਼ਨ ਡੀ ਆ ਜਾਨੀ ਐਡੀਨੋਵਾਇਰਸ ਨੈਕਸਟ ਹੈ 31ਸਟ ਕੁਐਸਚਨ ਹੈ ਇਹਦੇ ਵਿੱਚ ਕਿ ਐਜ਼ ਅ ਸਕੈਂਡਰੀ ग्रोथ प्रोसीड्स इन द डायकॉट स्टैम थिकनेस ऑफ कि अगर जी डायट स्टैम है ठीक है वही ग्रोथ हो रही है स्टैम जी है डायकॉट स्टैम जी अगर वो सकेंडरी ग्रोथ हो रही है प्राइमरी सकेंडरी ग्रोथ होंगी ना हम क्या अगर इनकी सकेंडरी ग्रोथ जी चल रही है तो कि थिक्कनेस जी कि होएगी तो थिकनैस ऑफ की वधेगी या घटेगी की होएगा स्टैपवुड इनक्रीज़ करेगी थिकनैस ऑफ सैपवुड इनक्रीज़ करेगी मतलब जी सैपवुड हूँ वो थिकनैस जाएगी जी हार्टवुड होंगी वो बधेगी या दोनों की वधेगी बहुत सैपवुड एंड हार्टवुड इनक्रीज या ਸੌਪਵੁੱਡ ਐਂਡ ਹਾਰਡਵੁੱਡ ਰਿਮੇਨਸਿੰਗ ਚੇਂਜ ਨਹੀਂ ਹੋਏਗਾ ਉਦ ਹੀ ਰਹੇਗਾ ਦੇਖੋ ਜਦੋਂ ਵੀ ਡੈਕਵੋਡ ਦੇ ਵਿੱਚ ਸਟੈਮ ਡਵੈਲਪ ਕਰਦੀ ਹੈ ਠੀਕ ਹੈ ਇਹਦੇ ਵਿੱਚ ਕੀ ਹੁੰਦੀ ਹੈ ਸਕੈਂਡਰੀ ਜ਼ਾਲਮ ਜਿਹੜੀ ਹੈਗੀ ਨਾ ਉਹ ਡਵੈਲਪ ਕਰਦੀ ਹੈਗੀ ਠੀਕ ਹੈ ਸਟੈਂਡਰੀ ਜ਼ਾਲਮ ਲਿਵਿੰਗ ਹੁੰਦੀਆਂ ਔਰ ਉਹ ਡਵੈਲਪ ਕਰਦੀ ਹੈਗਾ ਤੇ ਉਹ ਲਾਈਟ ਕਲਰ ਦਾ ਮਤਲਬ ਸਟਰਕਚਰ ਬਣਦਾ ਹੈਗਾ ਸਟੈਮ ਦੇ ਵਿੱਚ ਠੀਕ ਹੈ ਲਾਈਟ ਕਲਰ ਦਾ ਸਟਰਕਚਰ ਬਣ ਜਾਂਦਾ ਹੈ ਤੇ ਉਸ ਸੌਪਵੁੱਡ ਅਸੀਂ ਕਹਿੰਦੇ ਹਾਂ ਠੀਕ ਹੈ ਤੇ ਨਾਲ-ਨਾਲ ਹੀ ਉਹਦੇ ਜਿਹੜੇ ਬਾਕੀ ਦਾ ਥੋੜਾ ਹਾਰਡ ਪਾਰਟ ਹੈਗਾ ਉਹ ਵੀ ਥੋੜਾ ਡਿਵਾਈਡ ਕਰਦਾ ਤੇ ਡਵੈਲ ਉਹ ਹਾਰਟ वुਡ ਹੁੰਦੀ ਆ ਠੀਕ ਹੈ ਹੁਣ ਜਦੋਂ ਵੀ ਡਾਈਕਾਟ ਦੇ ਵਿੱਚ ਜਿਹੜੀ ਡਾਈਕਾਟ ਸਟੈਮ ਦੇ ਵਿੱਚ ਸਕੇਂਡਰੀ ਗਰੋਥ ਹੋਏਗੀ ਨਾ ਉਹਦੇ ਵਿੱਚ ਹਮੇਸ਼ਾ ਜਿਹੜੇ ਸੈਪ वुਡ ਔਰ ਹਾਰਟ वुਡ ਦੋਨੋਂ ਹੀ ਇਨਕਰੀਜ਼ ਕਰਦੀਆਂ ਠੀਕ ਹੈ ਬਟ ਜਿਹੜਾ ਸੈਪ वुਡ ਹੈਗਾ ਉਹ ਇੱਕ ਟਾਈਮ ਤੇ ਆ ਕੇ ਆਪਣੀ ਗਰੋਥ ਰੋਕ ਦੇਗੀ ਉਸ ਤੋਂ ਬਾਅਦ ਇਹ ਸੈਪ वुਡ ਦੀ ਤਾਂ ਗਰੋਥ ਨਹੀਂ ਹੋਣੀ ਫਿਰ वुਡ ਜਿਹੜੀ ਹੈਗੀ ਆ ਥੋੜੀ ਹਾਰਡ ਹੋਣੀ ਸ਼ੁਰੂ ਹੋ ਜਾਣੀ ਆ ਕਿਉਂਕਿ ਜਿਹੜੇ ਸੈਲਸ ਹੁੰਦੀ ਹੈਗੀਆਂ ਦੈਨ ਫਿਰ ਉਹ ਮਤਲਬ ਹੌਲੀ ਹੌਲੀ ਕਰਕੇ ਉਹ ਮਤਲਬ ਡਿਵਾਈਡ ਕਰਨਾ ਬੰਦ ਕਰ ਦਿੰਦੇ ਆ ਕੈਪੈਸਿਟੀ ਲੂਜ਼ ਕਰ ਦਿੰਦੇ ਜਿਹਨਾਂ 스템 ਦੇ ਵਿੱਚ ਜਿਹੜੀ ਗ੍ਰੋਥ ਹੋ ਰਹੀ ਹੈ ਸੈਕੰਡਰੀ ਗ੍ਰੋਥ ਹੋ ਰਹੀ ਹੈ ਤੇ ਉਹਦੇ ਵਿੱਚ ਕੀ ਹੋਏਗਾ ਸੀ ਆਪਸ਼ਨ ਹੈਗੀ ਕਿ ਬੋਥ ਸੈਫੂਡ ਐਂਡ ਹਾਰਡਬੂਡ ਜਿਹੜੀ ਹੈਗੀ ਉਹ ਇਨਕਰੀਜ਼ ਹੁੰਦੀ ਹੈਗੀ ਠੀਕ ਹੈ देन हेयर 32nd ਕੁਐਸਚਨ 32ਵਾਂ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਪਲਾਂਟਸ ਹੈਵ ਦਾ ਰੂਟ ਪੌਕਟ ਕਿਹੜੇ ਪਲਾਂਟਸ ਇਦਾਂ ਦੇ ਹੁੰਦੇ ਜਿਨ੍ਹਾਂ ਦੇ ਵਿੱਚ ਰੂਟ ਪੌਕਟਸ ਪ੍ਰੈਜ਼ੈਂਟ ਹੁੰਦੀਆਂ ਵਾਂ ਠੀਕ ਹੈ ਰੂਟ ਪੌਕਟ ਵਰਗਾ ਸਟਰਕਚਰ ਬਣਿਆ ਹੁੰਦਾ ਇਹ ਪ੍ਰੈਜ਼ੈਂਟ ਹੁੰਦੀ ਹੈਗੀ ਜਿਹੜੇ ਐਕੁਆਟਿਕ ਪਲੈਂਟਸ ਹੁੰਦੀਆਂ ਮਤਲਬ ਹਨਾ ਪਾਣੀ ਦੇ ਵਿੱਚ ਪਾਈ ਜਾਂਦੇ ਪਲੈਂਟਸ ਉਹਨਾਂ ਦੇ ਵਿੱਚ ਰੂਟ ਪੌਕੇਟਸ ਉਹਗੀਆਂ ਹੁੰਦੀਆਂ ਤਾਂ ਕਿ ਉਹਨਾਂ ਦੀ ਮਤਲਬ ਜਿਹੜੀ ਨਾਰਮਲ ਫੰਕਸ਼ਨਿੰਗ ਹੈਗੀ ਆ ਉਹ ਚੱਲਦੀ ਰਹੇ ਰੈਸਪੀਰੇਸ਼ਨ ਵਗੈਰਾ ਪ੍ਰੋਪਰ ਸਾਰਾ ਕੁਝ ਹੁੰਦਾ ਰਹੇ ਹਨਾ ਸੋ ਇਹਨੀਆਂ ਮਤਲਬ ਐਕਟੀਵਿਟੀਜ਼ ਨੂੰ ਰੈਗੂਲੇਟ ਕਰਨ ਦੇ ਲਈ ਰੂਟ ਪੌਕੇਟਸ ਜਿਹੜੀਆਂ ਉਹ ਥੋੜਾ ਕੰਮ ਕਰਦੀਆਂ ਇੱਕ ਇਕਿਓਨਿਆ ਕੈਪਰੀਸ ਓਪੰਸ਼ੀਆ ਜਾਂ ਬਿਆਨਿਨ ਬੈਨ ਬਰਗਦ ਜਿਹੜਾ ਹੈਗਾ ਠੀਕ ਹੈ ਹੁਣ ਕਹਿੰਦੇ ਕੀ ਕਿਹਨਾਂ ਦੇ ਵਿੱਚ ਰੂਟ ਪੌਕੇਟਸ ਪ੍ਰੈਜ਼ੈਂਟ ਹੁੰਦੀਆਂ ਵਾ ਦੇਖੋ ਜਿਹੜਾ ਕੈਪੇਰੀਸ ਹੈਗਾ ਓਪਨਸ਼ੀ ਵਗੈਰਾ ਜਿਹੜੇ ਬੈਨੈਂਟਰੀ ਹੈਗੇ ਇਹ ਕੀ ਹੈਗੇ ਜਿੱਦਾਂ ਕੈਪੇਰੀਸ ਜਾਂ ਬੈਨੈਂਨ ਹੈਗਾ ਇਹ ਤਾਂ ਅਰੇਸਟਰੀਅਲ ਪਲਾਂਟ ਹੁੰਦੀਆਂ ਨਾ ਐਕੁਆਟਿਕ ਨਹੀਂ ਹੈਗੇ ਇਹ ਹੈ ਆਪਸ਼ਨ A ਠੀਕ ਹੈ ਇਕੋਰਨੀਆਂ ਜਿਹੜਾ ਹੈਗਾ ਆ ਇਹ ਰੂਟ ਪੌਕੇਟ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਐਕੁਆਟਿਕ ਪਲਾਂਟਸ ਹੈਗਾ ਠੀਕ ਹੈ ਐਕੁਆਟਿਕ ਪਲਾਂਟ ਹੈ ਸੋ ਆਪਸ਼ਨ A ਆਣੀ ਹੈਗੀ ਹੈ ਨੈਕਸਟ ਹੈ 33 ਕੁਸ਼ਨ ਜਿਹੜਾ ਹੈਗਾ ਪੋਟੈਟੋਸ ਆਰ ਬੌਰਨ ਔਨ ਪੋਟੈਟੋਸ ਐਗਜ਼ਾਈਲ ਆਫ ਦ ਸਕੇਲੀ ਲੀਵਸ ਲੇਟਰਲ ਰੂਟਸ ਆਏਗਾ ਐਡਵੈਂਚਰਸ ਰੂਟ ਆਏਗਾ ਠੀਕ ਹੈ ਸੋ ਇਹਦੀ ਆਪਸ਼ਨ ਹੈਗੀ ਆਪਸ਼ਨ ਬੀ ਕਿ ਜਿਹੜੀਆਂ ਐਗਜ਼ਲ ਐਗਜ਼ਲ ਹੁੰਦਾ ਹੈਗਾ ਸਕੇਲੀ ਲੀਵਸ ਦਾ ਠੀਕ ਹੈ ਉਸ ਉਥੋਂ ਇਹ ਜਿਹੜੇ ਹੈਗੇ ਉਸ ਪਾਰਟ ਤੋਂ ਗਰੋ ਕਰਦੇ ਹੈਗੇ ਪੋਟੈਟੋਸ ਜਿਹੜੇ ਉਥੇ ਬੌਰਨ ਹੁੰਦੇ ਹੈਗੇ ਠੀਕ ਹੈ ਆਪਸ਼ਨ ਬੀ ਆਏਗੀ ਇਹਦੀ ਨੈਕਸਟ ਨੈਕਸਟ ਹੈ 34th ਕੁਐਸਚਨ ਇਨ ਵਿਚ ਵਨ ਆਫ ਦ ਫਾਲੋਇੰਗ ਸਟੈਂਪਰ ਫਾਰਮ ਦਾ ਫੰਕਸ਼ਨ ਫਾਰ ਦ ਸਟੋਰੇਜ ਐਂਡ ਪ੍ਰੋਪਗੇਸ਼ਨ ਕਿ ਇਹਨਾਂ ਜਿਹੜੇ ਨੀਚੇ ਦੱਸੀਆਂ ਹੋਈਆਂ ਆਪਸ਼ਨਾਂ ਹੈਗੀਆਂ ਆ ਇਹਨਾਂ ਵਿੱਚੋਂ कि ऑप्शन हैगी जिद कि हों स्ैम जी होंटम है कि इन पार्ट है जोड़ा स्टैम हैगा ऑर फूड स्टोर करन या प्रोपेगेन काम आता वैजिटेट प्रोपीगेशन करने काम आंदा है ठीक है ऑप्शन दसियाँ जिंजर है शुगर बीट है रैडिश है एंड ग्राउंडनट है ठीक है हूँ इन के जो कि स्टोरेज का भी काम करेगा स्टैम और प्रोपीगेशन का भी काम करेगा सो ऑप्शन है ऑप्शन ए जिंजर देखो शुगर बीट और रैडिश ए तो ओबियसली नहीं हो सकती क्योंकि यहाँ ਇਹਦੇ ਰੂਟ ਹੁੰਦੀਆਂ ਨਾ ਉਹਨਾਂ ਨੇ ਆਪਾਂ ਨੂੰ ਸਟੈਂਪ ਪੁੱਛਿਆ ਹੋਇਆ ਗਰਾਊਂਡਰ ਜਿਹੜੇ ਹੁੰਦੇ ਹੈਗੇ ਇੱਕ ਕੋਟਿਲੀਡਨ ਪਾਰਟ ਹੁੰਦਾ ਆ ਠੀਕ ਹੈ ਠੀਕ ਹੈ ਸੋ ਇਹ ਨਹੀਂ ਆ ਸਕਦਾ ਇਹਦੀ ਆਪਸ਼ਨ ਹੈਗੀ ਆਪਸ਼ਨ A ਜਿੰਜਰ ਠੀਕ ਹੈ ਜਿੰਜਰ ਕੁਝ ਇਦਾਂ ਕਰਕੇ ਮਤਲਬ ਨਾਲ ਇਦਾਂ ਕਰਕੇ ਕੁਝ ਗਰੋ ਕੀਤਾ ਹੁੰਦਾ ਨਾ ਇਹਦੀ ਮਤਲਬ ठीक है यैम जी थोड़ी स्वैलंगी है और स्टोरेज का काम कर ठीक है प्रोपेगेशन और स्टोरेज का काम करती सो ऑप्शन ए आएगी जिंजर फिर है टर्मरिक इज़ अ स्टैम नॉट अ रूट हूँ कहें कि जब कह दता इतने रैडिशा रूट कही हैगी शुगर बीट भी रूट कही है जबकि जिंज स्टैम क्या हम सेम इ कहें जो टर्मरिक हों दिखाई देते हल्की फुलकी जिंजर वर्गी होंगे न सो कहें कि जी टर्रमेरिक हैल्दी हूँ जी रूट नहीं है स्टैम है कि कह सद स्टैम है वो होंगी डाय डायकटोमी होंगी ਡਾਇਕੋਟੋਮੀ ਹੁੰਦੀ ਹੈ ਜਾਂ ਉਹਦੇ ਵਿੱਚ ਉਹ ਪੈਲਰ ਸੋਇਲ ਸਰਫੇਸ ਜਿਹਦਾ ਸੋਇਲ ਸਰਫੇਸ ਹੈ ਠੀਕ ਹੈ ساری ਸੋਇਲ ਹੈ ਇਹਦੇ ਪੈਲਰ ਗਰੋ ਕਰ ਰਹੀ ਹੈਗੀ ਆ ਉਹ ਠੀਕ ਹੈ ਥੈਨ ਇਟ ਹੈਜ਼ ਨੋਡਸ ਐਂਡ ਇੰਟਰਨੋਡਸ ਨੋਡਸ ਇੰਟਰਨੋਡਸ ਹੁੰਦੀਆਂ ਵਾ ক্লোਰੋਫਿਲ ਪ੍ਰੈਜ਼ੈਂਟ ਹੁੰਦਾ ਹੈਗਾ ਇਹਦੇ ਵਿੱਚ ਸੋ ਕੀ ਆਏਗਾ ਇਹਦੇ ਵਿੱਚ ক্লোরোਫਿਲ ਤਾਂ ਪ੍ਰੈਜ਼ెంట్ ਨਹੀਂ ਹੁੰਦਾ ਪਹਿਲੀ ਆਪਸ਼ਨ ਖਤਮ ਹੋ ਗਈ ਸੋਇਲ ਦੇ ਸਰਫੇਸ ਦੇ ਨਾਲ ਇਹ ਪੈਲਰ ਹੁੰਦੀ ਹੈਗੀ ਆ ਇਹ ਵੀ ਨਹੀਂ ਆਣਾ ਮਿੰਟ ਵਗੈਰਾ ਇਹਦਾ ਗਰੋਅ ਕਰਦੀ ਹੈਗੀ ਸੋਇਲ ਸਰਫੇਸ ਤੇ ਪੈਲਰ ਹੀ ਉਹ ਗਰੋਅ ਕਰਦੀ ਉੱਪਰ ਨਹੀਂ ਇਧਰੋਂ ਗਰੋਅ ਕਰੇਗੀ ਹੈਨਾ ਸੋ ਇਹ ਮਿੰਟ ਨਹੀਂ ਆਇਆ ਤਾਂ ਟਰਮਰਿਕ ਦੀ ਗੱਲ ਕੀਤੀ ਆ ਇਹ ਆਪਸ਼ਨ ਤਾਂ ਬਿਲਕੁਲ ਗਲਤ ਹੈਗੀ ਆ ਠੀਕ ਹੈ ਡਾਈਕੋਟੋਮੀ ਵੀ ਨਹੀਂ ਹੁੰਦੀ ਇਹਦੇ ਵਿੱਚ ਕੀ ਆਏਗਾ ਨੋਡਸ অর ਇੰਟਰਨੋਡਸ ਪ੍ਰੈਜ਼ెంట్ ਹੁੰਦੀਆਂ ਅਗਰ ਤੁਸੀਂ ਟਰਮਰਿਕ ਦੇਖੋ ਕਦੀ ਠੀਕ ਹੈ ਤੇ ਉਹ ਵੀ ਸੇਮ ਇਸੇ ਤਰੀਕੇ ਦੀ ਹੁੰਦੀ ਜਿਵੇਂ ਜਿੰਜਰ ਕੋਟਾ ਤੱਕ ਹੁੰਦਾ ਹੈ ਨਾ ਇਧਰ ਹੀ ਦਿਖਾਈ ਬਣੀ ਹੁੰਦੀ ਹੈਗੀ ਇਹਨਾਂ ਦੇ ਵਿੱਚ ਠੀਕ ਹੈ ਨੋਰਥ ਇੰਟਰ ਨੋਡਸ ਵਗੈਰੇ ਜਿਹੜੇ ਹੈਗੇ ਤੇ ਇਹਦੇ ਵਿੱਚ ਬਣੀ ਹੁੰਦੀ ਆ ਠੀਕ ਹੈ ਸੋ ਆਬਵੀਅਸਲੀ ਉਹਦੀ ਵਜ੍ਹਾ ਨਾਲ ਅਸੀਂ ਕਹਿੰਦੇ ਕਿ ਸਟੈਮ ਆ ਰੂਟ ਨਹੀਂ ਹੈਗੀ ਐ ਸੋ ਆਪਸ਼ਨ ਸੀ ਆਏਗੀ ਅ ਫਿਰ ਹੈ 36th ਕੁਐਸਚਨ ਹੈ ਦ ਰੇਸਮਸ ਇਨ ਫਲੋਰਸੈਂਸ ਅ ਰੇਸਮਸ ਇਨ ਫਲੋਰਸੈਂਸ ਵਾਈਲ ਦ ਸਿਸਾਈਲ ਐਕਰੋਪੀਟਲ ਫਲਾਰ ਇਸ कॉल्ड ਕਿ ਇੱਕ ਰੇਸਮਸ ਇਨ ਫਲੋਰਸੈਂਸ ਜਿਹਦੇ ਵਿੱਚ ਕਿ ਸਿਸਾਈਲ ਐਕਰੋਪੀਟਲ ਫਲਾਰ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਕੀ ਕਵਾਂਗੇ ਸਪਾਈਕ ਕੋਰੈਂਬਸ ਅੰਬੈਲ ਅ ਰੈਸਿੰਗ ਦੇਖੋ ਹੁਣ ਇਨ ਫਲੋਰਸੈਂਸ ਦਾ ਆਪਾਂ ਨੂੰ ਪਤਾ ਕਿ ਫਲਾਰ ਦੀ ਪੋਜੀਸ਼ਨ ਵਗੈਰਾ ਕਿੱਦਾਂ ਹੁੰਦੀ ਉਹਦੀ ਅਰੇਂਜਮੈਂਟ ਕਿੱਦਾਂ ਹੁੰਦੀ ਨਾ ਉਹਨੂੰ ਸੀਨ ਫਲੋਰਸੈਂਸ ਕਹਿੰਦੇ ਹੈਗੀਆਂ ਆਪਾਂ ਪੜ੍ਹਦੇ ਹੈਗੀਆਂ ਅ ਅਗਰ ਤੁਹਾਨੂੰ ਯਾਦ ਹੋਈ ਤਾਂ ਆਪਾਂ ਪੜ੍ਹਦੇ ਆਂ ਇਹਦੇ ਵਿੱਚ ਮਾਰਫੋਲੋਜੀ ਅਗਰ ਪੜ੍ਹੀਏ ਤਾਂ ਹਣਾ ਫਲਾਰਿੰਗ ਪਲਾਂਟਸ ਦੀ ਤਾਂ ਦੇਚਾ ਆਪਾਂ ਪੜ੍ਹਦੇ ਰੇਸਮੋਸ ਕਾਈਮੋਸ ਇਨ ਫਲੋਰਸੈਂਸ ਹੁੰਦੀ ਆ ਉਹ ਕਹਿੰਦੇ ਜਿਹੜੀ ਰੇਸਮੋਸ ਇਨ ਫਲੋਰਸੈਂਸ ਹੁੰਦੀ ਹੈਗੀ ਆ ਜਿਹਦੇ ਵਿੱਚ ਕਿ ਸਸਾਈਲ ਐਕਰੋਪੀਟਲ ਫਲਾਰ ਹੁੰਦੇ ਹੈਗੇ ਆ ਸਸਾਈਲ ਯਾਨੀ ਕਿ ਸਟਾਕ ਤੋਂ ਬਿਨਾ ਸਟਾਕ ਯਾਨੀ ਕਿ ਜਿਹਦਾ ਇਹ ਹੈਗਾ ਇਹਦੇ ਵਿੱਚ ਨਾਲ ਹੀ ਵੈਸੇ ਤਾਂ ਇਦਾਂ ਹੁੰਦੇ ਨਾ ਇਸ ਤਰੀਕੇ ਨਾਲ ਫਲਾਰੀ ਦਾ ਗਰੋ ਕਰਦੇ ਸਟਾਕ ਦੇ ਨਾਲ ਬਟ ਅਗਰ ਇਹ ਸਟਾਕ ਨਹੀਂ ਹੈਗਾ ਆ ਠੀਕ ਹੈ ਤਾਂ ਇਹਨੂੰ ਸਸਾਈਲ ਬੋਲਦੇ ਆ ਠੀਕ ਹੈ ਦੈਨ ਐਕਰੋਪੀਟਲ ਸਕੈਸ਼ਨ ਕਹਿੰਦੇ ਆ ਗਰੀਨਾ ਦਾ ਹੈਗਾ ਮਤਲਬ ਟਿਪ ਤੇ ਫਲਾਰ ਜਿਹ ਗਰੋ ਕਰ ਜਾਂਦੀ ਹੈ ਗਿਆ ਠੀਕ ਹੈ ਸੋ ਕਹਿੰਦੇ ਇਹ ਜਿਹੜੀ ਹੈ ਗਿਆ ਇਹਨਾਂ ਨੂੰ ਅਸੀਂ ਕੀ ਕਹਿੰਦੇ ਹੈ ਗਿਆ ਠੀਕ ਹੈ ਸਪਾਈਕ ਕਹਿੰਦੇ ਆ ਕੋਰੈਂਬਸ ਬੋਲਦੇ ਆੰਬਲ ਜਾਂ ਰਸੀਮ ਬੋਲਦੇ ਇਹਦੀ ਫਿਗਰ ਤੋਂ ਆਪਾਂ ਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਸੋ ਮੈਂ ਫਿਗਰ ਕੱਢਦੀ ਹਾਂ ਦੀ ਠੀਕ ਹੈ ਹੁਣ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਸਸਾਈਲ ਐਕ੍ਰੋਪੀਟਲ ਸਕੈਸ਼ਨ ਹੋਣਾ ਚਾਹੀਦਾ ਉਹਦਾ ਠੀਕ ਹੈ ਸਸਾਈਲ ਐਕ੍ਰੋਪੀਟਲ ਫਲਾਰਸ ਹੋਣੇ ਚਾਹੀਦੇ ਆ ਉਹਦੇ ਵਿੱਚ ਦੇਖੋ ਆ ਹੈਗੀ ਕਾਇਮ ਠੀਕ ਹੈ ਆਪਾਂ ਨੂੰ ਦਾ ਸੀਮ ਪੁੱਛੀਏ ਸੀਮ ਚ ਤਾਂ ਦੇਖੋ ਇਸ ਤਰੀਕੇ ਨਾਲ ਛੋਟੇ ਛੋਟੇ ਦਾ ਸਪਾਈਕ ਦੇਣਾ ਸੌਰੀ ਕੀ ਕਹਿੰਦੇ ਹੈ ਗਿਆ ਇਹਦੇ ਮਤਲਬ ਸਟਾਕ ਦੇ ਨਾਲ ਅਟੈਚ ਹੈ ਠੀਕ ਹੈ ਇਸ ਤਰੀਕੇ ਨਾਲ ਸਟਾਕ ਦੇ ਨਾਲ ਅਟੈਚ ਹੈ ਗਿਆ ਠੀਕ ਹੈ ਇਹ ਨਹੀਂ ਆਏਗਾ ਇਹਦੇ ਵਿੱਚ ਕੋਰੀਅਮ ਹੈ ਉਹ ਦੇਖੋ ਉਹ ਬਿਲਕੁਲ ਉਹ ਸਾਰੀ ਆਪਣੀ ਇਸ ਤਰੀਕੇ ਨਾਲ ਹੀ ਗਰੋ ਕਰਵਾ ਕੇ ਤੇ ਬਿਲਕੁਲ ਟਿਪ ਤੱਕ ਇਕੱਠੇ ਪਹੁੰਚ ਰਹੀ ਹੈਗੀ ਇੱਕ ਪੋਜੀਸ਼ਨ ਬਣਾ ਰਹੀ ਹੈਗੀ ਇਹਦੇ ਵਿੱਚ ਹਨਾ ਇੱਕ ਪੁਆਇੰਟ ਤੇ ਇਸ ਤਰੀਕੇ ਨਾਲ ਸੀਮ ਇਸ ਲੈਵਲ ਦੇ ਉੱਤੇ ਸਾਰੇ ਆ ਕੇ ਇਕੱਠੇ ਹੋ ਰਿਹਾ ਔਰ ਆਪਣਾ ਇਹ ਸਟਰਕਚਰ ਜਿਹੜਾ ਹੈਗਾ ਸਟਾਕ ਟਾਈਪ ਸਟਰਕਚਰ ਇਹ ਵਧਾਇਆ ਹੋਇਆ ਹੈ ਇਹਨਾਂ ਨੇ ਸੋ ਇਹ ਫੀਰ ਅੰਬਲ ਦੀ ਗੱਲ ਕੀਤੀ ਹੋਈ ਇਹਦੇ ਵਿੱਚ ਵੀ ਸੇਮ ਇਦੀ ਆ ਹੈਗਾ ਬਟ ਇਹ ਥੋੜੇ ਇੱਕ ਦੂਸਰੇ ਤੋਂ ਮਤਲਬ ਡਿਸਟੈਂਸ ਤੇ ਹੈ ਗਿਆ ਈਵਨ ਇਨ ਆ ਦਾ ਸੇਮ ਲੈਵਲ ਨਹੀਂ ਹੈਗਾ ਠੀਕ ਹੈ ਇਹ ਵੀ ਨਹੀਂ ਆਣਾ ਕੰਪਾਉਂਡ ਅੰਬਲ ਵੀ ਨਹੀਂ ਆਣਾ ਠੀਕ ਹੈ ਆਪਾਂ ਨੂੰ ਆਪਸ਼ਨ ਇਹ ਦਿੱਤੀ ਸੋ ਆਪਾਂ ਨੂੰ ਕਿਹੜੀ ਆ ਗਈ ਸਪਾਈਕ ਹੈ ਠੀਕ ਹੈ ਦੇਖੋ ਆਹ ਦੇਖੋ ਇਹਦੇ ਵਿੱਚ ਸਟਾਕ ਦਿਖਾਈ ਦੇ ਰਿਹਾ ਕਿਤੇ ਬਿਲਕੁਲ ਨਹੀਂ ਔਰ ਟਿਪ ਤੇ ਫਲਾਰ ਪ੍ਰੈਜ਼ੈਂਟ ਹੈਗਾ ਹਨਾ ਸੋ ਇਹ ਜਿਹੜਾ ਹੈਗਾ ਸਪਾਈਕ ਆਏਗੀ ਦੀ ਆਪਸ਼ਨ A ਸਪਾਈਕ ਠੀਕ ਹੈ ਨੈਕਸਟ ਕਰਦੇ ਹਾਂ ਸੈਨੀਥੀਅਮ ਇਨ ਫਲੋਰਸੈਂਸ ਸ਼ੋਸ ਸੈਨੀਥੀਅਮ ਇਨ ਫਲੋਰਸੈਂਸ ਕੀ ਸ਼ੋ ਕਰਦੀ एको तरह फ्लावर्स सेंट्रल मेल फ्लावर और फीमेल फ्लावर आस पास है कई सारी सेंटर से फीमेल फ्लावर है और आस पास मेल फ्लावर्स है या सारी फ्लाई फ्लॉर जी सुसाइल है सैंथियम की हम तुम देख सौ ए काफ़ी सारी मेल फ्लावर लगे हुए हैं ठीक है मेल फ्लावर काफ़ी सारे आ और एक ही फीमेल फलॉर आ यानी कि फीमेल फ्लावर के आसपास की होंगे मेल फ्लावर प्रेजेंट होंगे सो यदि अपनी फिर ऑप्शन की आ जाएगी ऑप्शन ਸੀ ਠੀਕ ਹੈ ਸੈਂਟਰ ਤੇ ਫੀਮੇਲ ਫਲਾਰੇ ਆਸ-ਪਾਸ ਕਈ ਸਾਰੇ ਮਿਲ ਫਲਾਰੇ ਆਪਸ਼ਨ ਸੀ ਆਏਗੀ ਇਹਦੀ ਨੈਕਸਟ ਹੈ 38th ਕੁਐਸਚਨ ਸਟੋਮੇਟਾ ਆਫ ਦਾ ਲੀਫ ਸਟੋਮੇਟਾ ਇਨ ਦਾ ਲੀव्स ਆਫ ਦਾ ਪਲੈਂਟ ਓਪਨ ਐਂਡ ਕਲੋਜ਼ਡ ਡੂ ਟੂ ਹੁਣ ਕਹਿੰਦੇ ਕਿ ਜਿਹੜੇ ਪਲੈਂਟਸ ਹੁੰਦੀ ਹੈਗੇ ਉਹਨਾਂ ਚ ਸਟੋਮੇਟਾ ਓਪਨ ਤੇ ਕਲੋਜ਼ ਹੁੰਦਾ ਲੀਫਸ ਦੇ ਅੰਦਰ ਪ੍ਰੈਜ਼ెంట్ ਹੁੰਦਾ ਸਟੋਮੇਟਾ ਹਨਾ ਸੋ ਕਹਿੰਦੇ ਉਹ ਸਟੋਮੇਟਾ ਓਪਨ ਜਾਂ ਕਲੋਜ਼ ਹੁੰਦਾ ਕਿਹਦੀ ਵਜ੍ਹਾ ਨਾਲ ਕੀ ਰੀਜ਼ਨ ਹੋਏਗਾ ਜਿਹਦੇ ਕਰਕੇ ਸਟੋਮੇਟਾ ਓਪਨ ਤੇ ਕਲੋਜ਼ ਹੁੰਦਾ ਹੈਗਾ ਗਾਰਡ ਸੈਲ ਓਪਨ ਤੇ ਕਲੋ ਸਰਕੇਡੀਅਨ ਰਿਦਮ ਠੀਕ ਹੈ ਸਰਕਲ ਦੀ ਫਾਰਮ ਤੇ ਜਿਹੜਾ ਰਿਦਮ ਚੱਲਦਾ ਹੈਗਾ ਮਤਲਬ ਇੱਕ ਪਾਰਟੀਕুলਰ ਟਾਈਮ ਤੇ ਕਲੋਜ਼ ਹੋਣਾ ਜਾਂ ਓਪਨ ਹੋਣਾ ਫਲਾਰਸ ਇਹਦਾ ਸਟੋਮੇਟਾ ਦਾ ਇਹਦਾ ਚੱਲਦਾ ਹੈਗਾ ਜਾਂ ਜੈਨੇਟਿਕ ਕਲੌਕ ਚੱਲਦਾ ਹੈਗਾ ਠੀਕ ਹੈ ਜਾਂ ਇਹਦੀ ਆਪਸ਼ਨ ਦਸੀ ਹੋਈ ਹੈਗੀ ਆ ਸੀ ਆਪਸ਼ਨ ਪ੍ਰੈਸ਼ਰ ਆਫ ਦਾ ਗੈਸ ਇਨ ਸਾਈਡ ਲੀਫਸ ਕੇ ਲੀਫਸ ਦੇ ਅੰਦਰ ਜਿਹੜੀਆਂ ਗੈਸਸਿਸ ਹੁੰਦੀਆਂ ਨੇ ਜਿਵੇਂ ਕਿ ਆਕਸੀਜਨ ਜਾਂ ਕਾਰਬਨ ਡਾਈ ਆਕਸਾਈਡ ਵਗੈਰਾ ਗੈਸਸਿਸ ਹੁੰਦੀਆਂ ਨੇ ਕਿਤੇ ਉਹਨਾਂ ਦੇ ਪ੍ਰੈਸ਼ਰ ਦੀ ਵਜ੍ਹਾ ਨਾਲ ਖੁੱਲਦਾ ਜਾਂ ਬੰਦ ਹੁੰਦਾ ਹੈ ਜਾਂ ਟਰਗਰ ਪ੍ਰੈਸ਼ਰ ਆਫ ਗਾਰਡ ਸੈਲਸ ਸੋ ਇਹਦੀ ਆਪਸ਼ਨ ਹੈ ਨਹੀਂ ਹੈ ਆਪਸ਼ਨ ਡੀ ਠੀਕ ਹੈ ਜਦੋਂ ਟਰਗਰ ਪ੍ਰੈਸ਼ਰ ਜਿਹੜਾ ਹੈਗਾ ਆ ਉਹ ਵੱਧਦਾ ਜਾਂ ਘਟਦਾ ਹੈਗਾ ਆ ਉਹਦੀ ਵਜ੍ਹਾ ਨਾਲ ਇਹ ਜਿਹੜੇ ਗਾਰਡ ਸੈਲਸ ਹੈਗੇ ਆ ਉਹ ਓਪਨ ਜਾਂ ਕਲੋਜ਼ ਹੁੰਦੀ ਹੈਗੀ ਠੀਕ ਹੈ ਸੋ ਇਹਦੀ ਵਜ੍ਹਾ ਦੇ ਨਾਲ ਹੀ ਜਿਹੜੀਆਂ ਸਟੋਮੇਟਾ ਓਪਨ ਜਾਂ ਕਲੋਜ਼ ਹੋਣ ਦੀ ਪ੍ਰੋਸੈਸ ਚੱਲਦੀ ਆ ਸੋ ਆਪਸ਼ਨ ਡੀ ਆਏਗੀ ਨੈਕਸਟ ਹਾਰਮੋਨ ਪ੍ਰਾਇਮਰਲੀ ਕਨੈਕਟ विद द सेल डिविजन इज कि सेल डिविजन ਦੇ ਲਈ ਦੇ ਨਾਲ ریلیਟਡ ਕਿਹੜਾ ਹਾਰਮੋਨ ਹੈਗਾ ਜਿਹਦੀ ਵਜ੍ਹਾ ਨਾਲ ਸੈਲ ਡਿਵੀਜ਼ਨ ਹੁੰਦੀ ਆ ਪਲਾਂਟ ਦੇ ਵਿੱਚ ਸੈਲ ਡਿਵਾਈਡ ਕਰਕੇ ਮਤਲਬ ਹੋਰ ਸੈਲਸ ਬਣਾਉਂਦਾ ਹੈਗਾ ਆਈਏਏ ਠੀਕ ਹੈ ਇੰਡੋਲ 3 ਐਸਿਟਿਕ ਐਸਿਡ ਐਨਏਏ ਦੱਸਿਆ ਹੋਇਆ ਹੈ ਸਾਈਟੋਕਾਈਨਿਨ ਦਾ ਜੀਏਟੀ ਜੀਏਟੀ ਦੱਸਿਆ ਹੋਇਆ ਹੈ ਜਿਬਰਲਿਕ ਐਸਿਡ ਦੱਸਿਆ ਹੋਇਆ ਸੋ ਦੀ ਆਪਸ਼ਨ ਹੈ ਕਿ ਆਪਸ਼ਨ ਸੀ ਠੀਕ ਹੈ ਇਹ ਜਿਹੜੇ ਹਾਰਮੋਨਸ ਦੇ ਕੀ ਫੰਕਸ਼ਨ ਹੈਗੇ ਜਿਹੜੇ ਪੀਜੀਆਰਸ ਹੁੰਦੀਆਂ ਨਾ ਪ੍ਰਾਈਮ ਪਲਾਂਟ ਗਰੋਥ ਰੈਗੂਲੇਟਰਸ ਹੁੰਦੀ ਹੈਗੀਆਂ ਠੀਕ ਹੈ ਸੋ ਉਹਨਾਂ ਦੇ ਵਿੱਚੋਂ ਪੁੱਛਿਆ ਗਿਆ ਆ ਕਿ ਕਿਹੜੇ ਕਿਹੜੇ ਹਾਰਮੋਨ ਹੁੰਦੇ ਜਿੱਦਾਂ ਕਿ ਗੈਬਰਲਿਕ ਐਸਿਡ ਹੋ ਗਿਆ ਇਥਾਈਲੀਨ ਹੋ ਗਿਆ ਹਨਾ ਸਾਈਟੋਕਾਈਨਿਨ ਹੋ ਗਿਆ ਆਕਸਿਨ ਹੋ ਗਿਆ ਸੋ ਜਿਹੜੇ ਸਾਰੇ ਹਾਰਮੋਨਸ ਹੁੰਦੀ ਹੈਗੇ ਇਹਨਾਂ ਦੇ ਆਪਣੇ ਆਪਣੇ ਫੰਕਸ਼ਨ ਹੁੰਦੇ ਹੈਗੇ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਾਈਟੋਕਾਈਨਿਨ ਪ੍ਰੈਜ਼ెంట్ ਹੁੰਦਾ ਹੈ ਇਹਦੀ وجہ ਦੇ ਨਾਲ ਜਿਹੜੀ ਸੈਲ ਡਿਵੀਜ਼ਨ ਹੈਗੀ ਆ ਉਹ ਹੁੰਦੀ ਹੈਗੀ ਆ ਪlant ਦੇ ਵਿੱਚ ਇਸ ਹਾਰਮੋਨ ਦੀ وجہ ਦੇ ਨਾਲ ਠੀਕ ਹੈ ਸੈਲ ਡਿਵਾਈਡ ਕਰਕੇ ਜਲਦੀ ਜਲਦੀ ਗਰੋ ਕਰਦਾ ਹੈਗਾ 40th ਕੁਸ਼ਨ ਹੈ ਕਾਰਬਨ ਡਾਈਆਕਸਾਈਡ ਜੁਆਇਨਸ ਦਾ ਫੋਟੋਸਿੰਥਸਿਸ ਪਾਥ ਵੀ ਫੋਟੋਸਿੰਥੈਟਿਕ ਪਾਥਵੀ ਕਿ ਕਾਰਬਨ ਡਾਈਆਕਸਾਈਡ ਕਿ ਕਦੋਂ ਫੋਟੋਸਿੰਥੈਟਿਕ ਪਾਥਵੀ ਨੂੰ ਜੁਆਇਨ ਕਰਦਾ ਕਿੱਥੇ ਆ ਕੇ ਫੋਟੋਸਿੰਥਸਿਸ ਜਿਹੜੀ ਹੈਗੀ ਉਹਦੇ ਵਿੱਚ ਇਹ ਰੋਲ ਪਲੇ ਕਰਦਾ ਫੋਟੋ ਸਿਸਟਮ 1 ਦੇ ਵਿੱਚ 2 ਦੇ ਵਿੱਚ ਲਾਈਟ ਰਿਐਕਸ਼ਨ ਚ ਕਿ ਡਾਰਕ ਰਿਐਕਸ਼ਨ ਦੇ ਵਿੱਚ ਦੇਖੋ ਜਿਹੜੀ ਮਤਲਬ ਫੋਟੋਸਿੰਥਸਿਸ ਦੇ ਵਿੱਚ ਆਪਾਂ ਲਾਈਟ ਔਰ ਡਾਰਕ ਰਿਐਕਸ਼ਨ ਪੜਿਆ ਹੋਇਆ ਹਨਾ ਅਗਰ ਤੁਸੀਂ ਇਹਦੀ ਇਹਦੇ ਬਾਰੇ ਨਹੀਂ ਪੜਿਆ ਹੋਇਆ ਤੇ ਤੁਸੀਂ ਪਲੇਲਿਸਟ ਚ ਜਾ ਕੇ ਇਹਦੀਆਂ ਵੀਡੀਓਜ਼ ਦੇਖ ਸਕਦੇ ਹੋ ਉਹਦੇ ਵਿੱਚ ਆਪਾਂ ਸਾਰੇ ਸਾਈਕਲ ਕੀ ਲਿਸਟ ਉੱਤੇ ਜਾ ਕੇ ਚੱਕਰ ਸਕਦੇ ਹੋ ਦੀਆਂ ਵੀਡੀਓਜ਼ ਸੋ ਉਹਦੇ ਵਿੱਚ ਆਪਾਂ ਕੀਤਾ ਹੋਇਆ ਹੈ ਕਿ ਜਿਹੜੀ ਫੋਟੋਸਿੰਥੇਸਿਸ ਹੈਗੀ ਉਹ ਚ ਡਾਰਕ ਔਰ ਲਾਈਟ ਰਿਐਕਸ਼ਨ ਹੁੰਦੀ ਹੈਗੀਆਂ ਠੀਕ ਹੈ ਲਾਈਟ ਰਿਐਕਸ਼ਨ ਦੇ ਵਿੱਚ ਫੋਟੋਸਿਸਟਮ 1 2 ਕੰਮ ਕਰਦੀ ਹੈਗੀ ਹਣਾ ਸਾਈਕਲਿਕ ਨਾਨ ਸਾਈਕਲਿਕ ਫੋਟੋਫਾਸਫੋਰਿਲੇਸ਼ਨ ਦੇ ਵਿੱਚ ਠੀਕ ਹੈ ਲਾਈਟ ਰਿਐਕਸ਼ਨ ਦਾ ਪਾਰਟ ਆ ਇਹਦੇ ਵਿੱਚ ਕੀ ਹੁੰਦਾ ਜਿਹੜੀ ਜਿੱਦਾ ਏਟੀਪੀ ਵਗੈਰਾ ਫਾਰਮ ਹੁੰਦੀ ਹੈਗੀਆ ਐਨੀਡੀਪੀਐਚ ਫਾਰਮ ਹੁੰਦਾ ਹੈ ਨਾ ਇਹ ਸਾਰੇ ਪ੍ਰੋਡਕਟ ਬਣਦੀ ਹੈਗੀਆ ਸੋ ਜਿਹੜੋ ਵੀ ਕਾਰਬਨ ਆਕਸਾਈਡ ਮਤਲਬ ਜਿਹੜੀ ਹੈਗੀਆ ਉਹ ਇਹਦੇ ਵਿੱਚ ਯੂਜ਼ ਹੁੰਦੀ ਕਿਉਂਕਿ ਇਹਦੇ ਵਿੱਚ ਤਾਂ ਜਿਹੜੇ ਫੋਟੋਸਿਸਟਮ 1 2 ਹੈਗੇ ਆ ਇਹਦੇ ਵਿੱਚ ਤਾਂ ਆਪਾਂ ਕੀ ਕਹਿੰਦੇ ਹੈਗੇ ਕਿ ਜਿਹੜੇ ਫੋਟੋਸਿੰਥੈਟਿਕ ਪਿਗਮੈਂਟਸ ਹੁੰਦੇ ਹੈਗੇ ਜਾਂ ਅਸੈਸਰੀ ਪਿਗਮੈਂਟ ਹੁੰਦੇ ਉਹ ਕੰਮ ਕਰਦੇ ਹੈਗੇ ਹਨ ਆ ਦਨ ਜਿਹੜਾ ਡਾਰਕ ਰਿਐਕਸ਼ਨ ਹੁੰਦਾ ਫੋਰ ਪਲਾਂਟ ਹੋਗੇ ਸੀ3 ਪਲਾਂਟ ਹੋਗੇ ਠੀਕ ਹੈ ਸੀ2 ਕੈਮਸ ਪਾਥਵੀ ਇਹ ਸਭ ਡਾਰਕ ਰਿਐਕਸ਼ਨ ਹੁੰਦੀ ਹੈਗੀਆ ਠੀਕ ਹੈ ਜਿਹੜੇ ਲਾਈਟ ਦੀ ਮਤਲਬ ਲਾਈਟ ਨੂੰ ਯੂਜ਼ ਕਰਕੇ ਨਹੀਂ ਹੁੰਦੀ ਇੰਡੀਪੈਂਡੈਂਟ ਲਾਈਟ ਇੰਡੀਪੈਂਡੈਂਟ ਰਿਐਕਸ਼ਨ ਆ ਡਾਰਕ ਰਿਐਕਸ਼ਨ ਉਹਨਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਜੁਆਇਨ ਕਰਦੀ ਹੈਗੀਆ ਤੇ ਅੱਗੇ ਪ੍ਰੋਡਕਟ ਤਿਆਰ ਕਰਦੀ ਆ ਠੀਕ ਹੈ ਸੋ ਉਸ ਤੋਂ ਕੀ ਹੈ 41st ਕੁਐਸਚਨ एक तालीव क्वेश्चन है विच वन इज इसशियल मिनरल दैट इज नॉट कॉन्सटेंट ऑफ एनी एनजाइम बट स्टिमुलेट द एक्टिविटी ऑफ एनी मैनी एनजाइम्स कि मिनरल है ठीक है जड़ा कि एनजाइम्स के अंदर तो प्रेजेंट नहीं हूँ एनजाइम्स की कॉम्पोजिशन पार्टी पार्ट नहीं हैगा बटे ना कई सारे एनजाइम काम करते एक्टिव होंगे थिंक है मैंगनीज है पोटाशियम है कि मैगनीशियम है ठीक है सो यदि ऑप्शन आनी है ऑप्शन सी ਕੀ ਪੋਟਾਸ਼ੀਅਮ ਜਿਹੜਾ ਹੈਗਾ ਆ ਠੀਕ ਹੈ ਇਹ ਐਨਜ਼ਾਈਮਸ ਦੇ ਅੰਦਰ ਤਾਂ ਪ੍ਰੈਸੈਂਟ ਨਹੀਂ ਹੁੰਦਾ ਉਹਦੀ ਕਨਸਟੈਂਸ ਤਾਂ ਨਹੀਂ ਹੈਗਾ ਪਰ ਕਈ ਐਨਜ਼ਾਈਮਸ ਦੀ ਐਕਟੀਵਿਟੀ ਨੂੰ ਇਹ ਵਧਾਉਂਦਾ ਜ਼ਰੂਰ ਹੈਗਾ ਠੀਕ ਹੈ ਤਾਂ ਕਿ ਜਿਹੜੇ ਪਲਾਂਟਸ ਆ ਉਹਨਾਂ ਨੂੰ ਪ੍ਰੋਪਰ ਜੋ ਵੀ ਗ੍ਰੋਥ ਲਈ ਚਾਹੀਦਾ ਉਹ ਮਿਲ ਸਕੇ ਮਿਨਰਲਸ ਦੇ ਥਰੂ ਠੀਕ ਹੈ ਸੋ ਪੋਟਾਸ਼ੀਅਮ ਆਏਗਾ ਸੀ ਆਪਸ਼ਨ ਨੈਕਸਟ ਗ੍ਰੇਟੈਸਟ ਪ੍ਰੋਡਿਊਸਰ ਆਫ ਦਾ ਆਰਗੈਨਿਕ ਮੈਟਰ ਇਜ਼ ਕੀ ਆਰਗੈਨਿਕ ਮੈਟਰ ਨੂੰ ਪ੍ਰੋਡਿਊਸ ਕਰਨ ਵਾਲੇ ਗ੍ਰੇਟੈਸਟ ਸਭ ਤੋਂ ਜ਼ਿਆਦਾ ਪ੍ਰੋਡਿਊਸਰਸ ਕਿਹੜੇ ਹੁੰਦੇ ਹੈਗੇ ਆ ਕਰੋਪ ਪਲਾਂਟਸ ਹੁੰਦੇ ਆ ਫੋਰ प्लांट्स ऑफ लैंड एरिया की टेरेस्ट्रियल पलट्स जो है ना लैंड एरिया जो प्लांट्स पाए जाते वाले कि फाइटो पलेंटॉन्स ऑफ ओशनस फाइटो पलेंटॉन्स ऑफ ओशन जो है ये करेक्ट आंसर है ठीक है फाइटो पलेंटॉन्स जो है ये पानी के पाए जाते हैं ठीक है और फोटोसिंथेसिस वगैरह भी काफ़ी करते हैं सो so, सब तो ज़्यादा यह प्रेजेंट होने करके सब तो ज्यादा प्रोड्यूसर्स का काम करते प्रोड्यूस करते हैं ठीक है सो यद ऑप्शन आनी डी फोर्टी थर्ड क्वेश्चन है बॉटल फिल्ड विद द प्रीवियसली मॉइस्चेंट mustard seeds and water was screwed cap tightly and kept in a corner it blows up suddenly after about half an hour uh, the phenomena involved is ਕਹਿੰਦੇ ਕਿ ਇੱਕ ਬੋਟਲ ਸੀ ਠੀਕ ਹੈ ਉਹਦੇ ਵਿੱਚ ਮoiusture seeds ਰੱਖੀਆਂ ਗਈਆਂ ਠੀਕ ਹੈ ਮਤਲਬ seeds ਜਿਨ੍ਹਾਂ ਦੇ ਵਿੱਚ ਪਾਣੀ ਗਿਆ ਦੈਨ ਕਹਿੰਦੇ ਉਹਨਾਂ ਨੂੰ ਫਿਰ ਇੱਕ ਬੋਟਲ 'ਚ ਪਾ ਕੇ ਕਾਫੀ ਅਧਿਕ ਘੰਟੇ ਦੇ ਲਈ ਅਸੀਂ ਅਗਰ ਬਿਲਕੁਲ ਬੰਦ ਕਰਦੇ ਟਾਈਟਲੀ ਪੈਕ ਕਰਦੀ ਉਹਨੂੰ ਸਕਰੂ ਲਗਾ ਕੇ ਕੈਪ ਲਗਾ ਕੇ ਉਹਦੇਤੇ ਠੀਕ ਹੈ ਤਾਂ ਅਧੇ ਘੰਟੇ ਬਾਅਦ ਉਹ ਖੁਦ ਹੀ ਬਲੋਪ ਹੋ ਜਾਂਦੀ ਹੈਗੀਆ ਮਤਲਬ ਇਦਾਂ ਕਿਉਂ ਹੁੰਦਾ ਟੁੱਟ ਜਾਂਦੀਆ ਮਤਲਬ ਅ ਇਦਾਂ ਕਿਉਂ ਹੁੰਦਾ ਹੈਗਾ ਇਹਦੀਆਂ ਆਪਸ਼ਨਸ ਐ ਡਿਫਿਊਸ਼ਨ ਇਮਬੀਬੀਸ਼ਨ ਆਸਮੋਸਿਸ ਜਾਂ ਡੀਪੀਡੀ ਡਿਫਿਊਸ਼ਨ ਪ੍ਰੈਸ਼ਰ ਇਫੈਕਟ ਠੀਕ ਹੈ ਸੋ ਇਹਨਾਂ ਦੇ ਵਿੱਚੋਂ ਕੀ ਆਏਗਾ ਇਹਨਾਂ ਦੇ ਵਿੱਚੋਂ ਆਪਣੀ ਆਪਸ਼ਨ ਹੈਗੀ ਆਪਸ਼ਨ ਬੀ ਇੰਬਾਈਬੀਸ਼ਨ ਕਰਕੇ ਠੀਕ ਹੈ ਇੰਬਾਈਬੀਸ਼ਨ ਉਹ ਮੈਕੈਨਿਜ਼ਮ ਹੁੰਦਾ ਹੈ ਜਿਹਦੇ ਵਿੱਚ ਕਿ ਜਿਹੜੀਆਂ ਜਦੋਂ ਵੀ ਕੋਈ ਪਲਾਂਟ ਦਾ ਲਿਵਿੰਗ ਜਾਂ ਨੋਨ ਲਿਵਿੰਗ ਪਾਰਟ ਜਿਹੜਾ ਹੈਗਾ ਆ ਜਦੋਂ વોટર ਨੂੰ ਜਾਂ ਮੌਇਸਚਰ ਨੂੰ ਐਬਜ਼ਾਰਬ ਕਰਕੇ ਉਹ ਸਵੈਲ ਕਰ ਜਾਂਦਾ ਹੈਗਾ ਠੀਕ ਹੈ ਤੇ ਉਹਨੂੰ ਅਸੀਂ ਕਹਿ ਦਿੰਦੇ ਆ ਕਿ ਇੰਬਾਈਬੀਸ਼ਨ ਦੀ ਪ੍ਰੋਸੈਸ ਹੋਈ ਸੋਚਦਾ ਕਿ ਇਹ ਮਸਟਰਡ ਸੀਡਸ ਹੈਗੀਆਂ ਇਹ ਡਰਾਈ ਸੀਗੀਆਂ ਜਦੋਂ ਇਹਨਾਂ ਨੂੰ ਵਾਟਰ ਮਿਲਿਆ ਤੇ ਇਹ ਮੌਇਸਟਰਡ ਹੋ ਗਈਆਂ ਮੌਇਸਚਰ ਮਿਲਿਆ ਉਹਦੀ ਵਜ੍ਹਾ ਨਾਲ ਇਹ ਸਵੈਲ ਅਪ ਕਰ ਗਈਆਂ ਜਿਹਦੀ ਵਜ੍ਹਾ ਇੰਬਾਈਬੇਸ਼ਨ ਫੋਟੋਟ੍ਰੋਪਿਕ ਐਂਡ ਜੀਓਟ੍ਰੋਪਿਕ ਮੂਵਮੈਂਟਸ ਆਰ ਲਿੰਕਡ ਟੂ ਕਿ ਫੋਟੋਟ੍ਰੋਪਿਕ ਹੋ ਗਈਆਂ ਜੀਓਟ੍ਰੋਪਿਕ ਮੂਵਮੈਂਟਸ ਜਿਹੜੀਆਂ ਹੈਗੀਆਂ ਆ ਉਹ ਕਿਹਦੇ ਨਾਲ ਲਿੰਕ ਹੁੰਦੀਆਂ ਵਾ ਕਿਸ ਹਾਰਮੋਨ ਦੀ ਵਜ੍ਹਾ ਦੇ ਨਾਲ ਜਿਹੜੀਆਂ ਫੋਟੋਟ੍ਰੋਪਿਕ ਮੂਵਮੈਂਟਸ ਹੁੰਦੀਆਂ ਉਹ ਹੁੰਦੀਆਂ ਜਾਂ ਜੀਓਟ੍ਰੋਪਿਕ ਮੂਵਮੈਂਟਸ ਹੁੰਦੀਆਂ ਕਿ ਜਿੱਦਾਂ ਮਤਲਬ ਜੀਓਟ੍ਰੋਪਿਕ ਮੂਵਮੈਂਟ ਜਿੱਦਾਂ ਕਿ ਜੀਓਟ੍ਰੋਪਿਜ਼ਮ ਹੁੰਦਾ ਹੈਗਾ ਕਿ ਜਿਹੜੀਆਂ ਸੀਡਸ ਸੌਰੀ ਰੂਟਸ ਵਗੈਰਾ ਉਹ ਨੀਚੇ ਨੂੰ ਹੀ ਗਰੋ ਕਰਦੀਆਂ ਕਦੀ ਉੱਪਰ ਨੂੰ ਗਰੋ ਕਰਦੀਆਂ ਦੇਖਿਆ ਜੀਓਟ੍ਰੋਪਿਕ ਮੂਵਮੈਂਟਸ ਜਿਹੜੀਆਂ ਇਹ ਹੁੰਦੀਆਂ ਠੀਕ ਹੈ ਫੋਟੋਟ੍ਰੋਪਿਕ ਜਿਹੜੀਆਂ ਲਾਈਟ ਨੂੰ ਲੈ ਕੇ ਫੰਕਸ਼ਨ ਕਰਦੀਆਂ ਸੇ ਮਤਲਬ ਫੰਕਸ਼ਨ ਜਿੰਨਾ ਵੀ ਪਲਾਂਟਸ ਦੇ ਵਿੱਚ ਹੁੰਦੀ ਹੈਗੀ ਕਿ ਇਹਦੇ ਨਾਲ ਲਿੰਕ ਹੈ ਗਿਆ ਜਿਬਰਲਿਨ ਹਾਰਮੋਨਾਂ ਠੀਕ ਹੈ ਐਂਜ਼ਾਈਮਸ ਦੇ ਕਰਕੇ ਆਕਸੀਨ ਕਰਕੇ ਕਿ ਸਾਈਟੋਕਾਈਨਿਨ ਕਰਕੇ ਸੋ ਦੀ ਆਪਸ਼ਨ ਆਣੀ ਹੈਗੀ ਆਪਸ਼ਨ ਸੀ ਆਕਸੀਨ ਕਰਕੇ ਠੀਕ ਹੈ ਜਿਹਦਾ ਕਿ ਆਪਾਂ ਕਹਿ ਦਿੰਦੇ ਜਿਹੜਾ ਸਨਫਲਾਰ ਹੈਗਾ ਆ ਹਨਾ ਉਹ ਜਿੱਦਣ ਨੂੰ ਸਨਲਾਈਟ ਜਾਂਦੀ ਉਹਦੇ ਨੂੰ ਮੂਵ ਕਰਦਾ ਮਤਲਬ ਸਨਲਾਈਟ ਯਾਨੀ ਕਿ ਲਾਈਟ ਯਾਨੀ ਕਿ ਫੋਟੋ ਫੋਟੋ ਸਿਸਟਮ ਨਾਲ ਰਿਲੇਟਡ ਆ ਮਤਲਬ ਫੋਟੋ ਨਾਲ ਰਿਲੇਟਡ ਆ ਕਿੰਨਾ ਮਤਲਬ ਲਾਈਟ ਨਾਲ ਰਿਲੇਟਡ ਆ ਠੀਕ ਹੈ ਸੋ ਫੋਟੋ ਮੀਨਸ ਲਾਈਟ ਹੁੰਦਾ ਹਨਾ ਸੋ ਫੋਟੋਟ੍ਰੋਪਿਕ ਸਿਸਟਮ ਜਿਹੜਾ ਇਹਦੇ ਵਿੱਚ ਚੱਲਦਾ ਹੈਗਾ ਹਨਾ ਉਹਦੇ ਵਿੱਚ ਆਕਸੀਨ ਪ੍ਰੈਸੈਂਟ ਹੁੰਦਾ ਸਲ ਦੇ ਵਿੱਚ ਇਸ ਕਰਕੇ ਉਹ ਮਤਲਬ ਉਹਦੀ ऑक्सिन नेक्स्ट है अ 45ਵਾਂ ਕੁਐਸਚਨ ਫਰਸਟ ਕਾਰਬਨ ਡਾਈਆਕਸਾਈਡ ਐਕਸੈਪਟਰ ਇਨ ਦਾ ਸੀ4 ਪਲਾਂਟ ਇਜ਼ ਕਿ ਸੀ4 ਪਲਾਂਟ ਦੇ ਵਿੱਚ ਸਭ ਤੋਂ ਪਹਿਲਾਂ ਇਦਾਂ ਦਾ ਕਿਹੜਾ ਐਕਸੈਪਟਰ ਹੈ ਜਿਹੜਾ ਕਾਰਬਨ ਡਾਈਆਕਸਾਈਡ ਨੂੰ ਮਤਲਬ ਐਕਸੈਪਟ ਕਰਦਾ ਉਹਦੇ ਨਾਲ ਫੰਕਸ਼ਨ ਕਰਦਾ ਦੈਨ ਅੱਗੇ ਪ੍ਰੋਡਕਟ ਦਿੰਦਾ ਸਾਨੂੰ ਠੀਕ ਹੈ ਫਿਰ ਫਰਸਟ অপਸ਼ਨ ਆਪਣੀ ਆਂਦੀ ਆ ਫੋਸਫੋਇਨੋਲ ਪਾਈਵੇਟ ਪੀਈਪ ਰਾਈਬੂਲੋਸ 15 ਡਾਈ 15 ਡਾਈਫੋਸਫੇਟ ਠੀਕ ਹੈ ਨੈਕਸਟ ਹੈ অক্সালোਐਸਟਿਕ ਐਸਿਡ ਹੈ ਫੋਸਫੋਗਲਿਸਰਿਕ ਐਸਿਡ ਹੈ ਸੋ ਆਪਾਂ ਉਹਨਾਂ ਨੇ ਕਿਹਾ ਸੀ4 ਪਲਾਂਟ ਦੀ ਗੱਲ ਕੀਤੀ ਹੋਈ ਆ ਠੀਕ ਹੈ ਸੀ4 ਪਲਾਂਟਸ ਦੇ ਵਿੱਚ ਕੀ ਮੀਜੋਫਾਈਲ ਸੈਲਸ ਵਗੈਰਾ ਵੀ ਹੁੰਦੀਆਂ ਹੈਗੀਆਂ ਨਾਲ ਬੰਡਲ ਸ਼ੀਥ ਸੈਲ ਕੰਮ ਕਰਦੀਆਂ ਨੇ ਸੀ 4 ਪlant ਸੋ ਇਹਦੀ অপਸ਼ਨ ਹੈਗੀ ਜੇਦੀ অপਸ਼ਨ ਹੈਗੀ অপਸ਼ਨ A ਠੀਕ ਹੈ ਪੀਪ ਦੇ ਨਾਲ ਕਾਰਬਨ ਡਾਈ ਆਕਸਾਈਡ ਪਹਿਲੇ ਮਤਲਬ ਮਿਲਦੀ ਹੈਗੀ ਆ ਠੀਕ ਹੈ ਐਨਜ਼ਾਈਮ ਦੀ ਪ੍ਰੈਜ਼ੈਂਸ ਦੇ ਵਿੱਚ ਪਹਿਲਾ ਪ੍ਰੋਡਕਟ ਤਿਆਰ ਕਰਦੀ ਆ ਠੀਕ ਹੈ ਸੋ ਕਾਰਬਨ ਡਾਈ ਆਕਸਾਈਡ ਕਿੱਥੋਂ ਜੁਆਇਨ ਕਰਦੀ ਆ ਪੀਪ ਦੇ ਨਾਲ ਸੀ 4 ਪਲਾਂਟਸ ਦੇ ਵਿੱਚ ਠੀਕ ਹੈ অপਸ਼ਨ A ਨੈਕਸਟ ਕੁਐਸਚਨ ਹੈ ड्यूरिंग मानसून द राइस क्रॉप ऑफ द ईस्टर्न स्टेट्स ऑफ इंडिया शोस अ लेसर यील्डिंग ड्यू टू द लिमिटिंग फैक्टर ऑफ के हिंदी मानसून दे मौसम दे विच जदों बारिश वगैरह हुंदी मानसून दा मौसम जदों चल रिया हुंदा उदो जेडी इंडिया दी ईस्टर्न स्टेट्स हुंदिया वा उना दे विच जेडी क्रॉप दी राइस क्रॉप हुंदी हैगी ओदी यील्डिंग कट हुंदी है के इस फैक्टर दी वजह दे नाल कट हुंदी है कार्बन डाइऑक्साइड दी वजह नाल लाइट दी वजह दे नाल टेंपरेचर दी वजह दे नाल के वाटर दे करके हुंदा तो एदी ऑप्शन है नी ऑप्शन बी लाइट दे करके ਜਿਹੜੇ ਇਹ ਫੈਕਟਰ ਹੈਗਾ ਲਾਈਟ ਫੈਕਟਰ ਲਿਮਿਟਿੰਗ ਫੈਕਟਰ ਜਿਹੜਾ ਹੈਗਾ ਇਹ ਇਥੇ ਅਫੈਕਟ ਕਰਦਾ ਹੈ ਇਹਨੂੰ ਠੀਕ ਹੈ ਨੈਕਸਟ ਕੁਐਸਚਨ ਹੈ 47th ਕੁਐਸਚਨ ਵਿਚ ਵਨ ਆਫ ਦਾ ਫੋਲੋਇੰਗ ਇਜ਼ এমਪਲੋਇਡ ਫਾਰ ਦਾ ਆਰਟੀਫੀਸ਼ਲ ਰਿਪਨਿੰਗ ਆਫ ਬਨਾਨਾ ਫਰੂਟ ਕਿ ਬਨਾਨਾ ਫਰੂਟ ਜਿਹੜਾ ਬਨਾਨਾ ਹੈਗਾ ਠੀਕ ਹੈ ਉਹਨਾਂ ਦੀ ਆਰਟੀਫੀਸ਼ਲ ਇੱਕ ਤਾਂ ਹੁੰਦੀ ਕਿ ਨੇਚਰਲੀ ਰਾਈਪ ਕਰਦਾ ਹੈਗਾ ਹਨਾ ਪੱਕਦਾ ਹੈਗਾ ਬਟ ਬਨਾਨਾ ਫਰੂਟ ਦੀ ਆਰਟੀਫੀਸ਼ਲ ਰਿਪਨਿੰਗ ਦੇ ਲਈ ਕਿਹੜਾ ਹਾਰਮੋਨ ਯੂਜ਼ ਕੀਤਾ ਜਾਂਦਾ ਹੈ ਐਮਪਲਾਈ ਕੀਤਾ ਜਾਂਦਾ ਆਕਸੀਨ ਕੁਮੇਰਨ ਇਥਾਈਲਿਨ ਸਾਈਟੋਕਾਈਨਿਨ सो दी ऑप्शन है ऑप्शन सी इथैलीन गैशियसॉरमोन है, ठीक है और इधर फंक्शन ही ये होंगे कि यह फ्रूट्स की रिपनिंग जल्दी कर हैल्प करता है ठीक है सो दी ऑप्शन आनी ऑप्शन सी नैक्सट क्वेश्चन है मैक्सीम ਨੈਕਸਟ ਕੁਐਸਚਨ ਹੈ 48 ਮੈਕਸਿਮਮ ਸੋਲਰ એનર્ਜੀ ਇਜ਼ ਟ੍ਰੈਪਡ ਬਾਈ ਸਭ ਤੋਂ ਜ਼ਿਆਦਾ ਸੋਲਰ એનર્ਜੀ ਟ੍ਰੈਪ ਕੀਤੇ ਥਰੂ ਦੀ ਗ੍ਰੀਨ ਪਲਾਂਟਸ ਦੇ ਥਰੂ ਕਲਟੀਵੇਟਿੰਗ ਰੋਪਸ ਦੇ ਥਰੂ ਗਰੋਇੰਗ ਐਲਗੀ ਇਨ ਟੈਂਕਸ ਜਾਂ ਗਰੋਇੰਗ ਗ੍ਰਾਸ ਦੇ ਥਰੂ ਸੋ ਏਰੀ ਆਪਸ਼ਨ ਆਣੀ ਹੈ ਆਪਸ਼ਨ ਸੀ ਗਰੋਇੰਗ ਐਲਗੀ ਇਨ ਟੈਂਕਸ ਹੁਣ ਜਿਹੜੀ ਐਲਗੀ ਹੁੰਦੀ ਹੈ ਨਾ ਉਹ ਸਭ ਤੋਂ ਜ਼ਿਆਦਾ ਸੋਲਰ એનર્ਜੀ ਨੂੰ ਟ੍ਰੈਪ ਕਰ ਸਕਦੀ ਆ ਕਿਉਂਕਿ ਐਲਗੀ ਦੇ ਵਿੱਚ ਕਈ ਸਾਰੇ ਪਿਗਮੈਂਟਸ ਹੁੰਦੀ ਹੈਗੀਆਂ ਜਿਹੜੇ ਕਿ ਜ਼ਿਆਦਾ ਫੰਕਸ਼ਨ ਕਰਦੀ ਹੈਗੀਆਂ ਹਨਾ ਸੋ ਉਹਨਾਂ ਦੀ ਅਜਾਦੀ ਨਾਲ ਜ਼ਿਆਦਾ ਸੋਲਰ એનર્ਜੀ during light reaction of photosynthesis which of the following phenomena is observed during the cyclic phosphorylation as well as non cyclic phosphorylation ki photosynthesis reaction de dauran theek hai photosynthesis de vich jadon light reaction chaldi hai giya theek hai oh de vich cyclic phosphorylation chahe non cyclic phosphorylation unna de vich ki cheez dekh mil dia release of oxygen ਹੁਣ ਅਗਰ ਆਪਾਂ ਗੱਲ ਕਰੀਏ ਸਾਈਕਲਿਕ ਕੌਰ ਨੋਨ ਸਾਈਕਲਿਕ ਫੋਸਫੋਰੀਲੇਸ਼ਨ ਦੀ ਜਿਹਦੇ ਵਿੱਚ ਫੋਟੋਸਿਸਟਮ 1 ਫੋਟੋਸਿਸਟਮ 2 ਤੇ ਫੋਟੋਸਿਸਟਮ 1 ਮਿਲ ਕੇ ਕੰਮ ਕਰ ਦਿਆ ਠੀਕ ਹੈ ਨੋਨ ਸਾਈਕਲਿਕ ਤੇ ਸਾਈਕਲਿਕ ਫੋਟੋਫੋਸਫੋਰੀਲੇਸ਼ਨ ਆ ਠੀਕ ਹੈ ਸਾਈਕਲਿਕ ਵਾਲੀ ਐ ਨੋਨ ਸਾਈਕਲਿਕ ਵਾਲੀ ਹੁਣ ਕਹਿੰਦੇ ਚਾਹੀਦਾ ਦੋਨਾਂ ਦੀ ਗੱਲ ਕਰੀਏ ਇਹਨਾਂ ਦੋਨਾਂ ਦੇ ਵਿੱਚ ਕੀ ਕਾਮਨ ਹੈਗਾ ਜਿਹੜਾ ਦੋਨਾਂ ਦੇ ਵਿੱਚ ਹੁੰਦਾ ਆਕਸੀਜਨ ਰਿਲੀਜ਼ ਹੁੰਦੀ ਨਹੀਂ ਨਹੀਂ ਰਿਲੀਜ਼ ਹੁੰਦੀ ਫਾਰਮੇਸ਼ਨ ਆਫ ਏਟੀਪੀ ਫਾਰਮੇਸ਼ਨ ਆਫ ਐਨਈਡੀਪੀ ਜਾਂ ਇਨਵੋਲਵਮੈਂਟ ਆਫ ਫੋਟੋਸਿਸਟਮ 1 ਐ हमारा uh, है ए टीपी फॉर्म हों ठीक है एनर्जी करंसी है ए टीपी एडिनोसिन ड्राई ठीक है नैक्सट क्वेश्चन है फिफ्टीथ क्वेश्चन विच ऑफ द फॉलोइंग पिगमेंट एक्ट एज अ रिएक्शन सेंटर ड्यूरिंग फोटोसिंथेसिस फोटोसिंथेसिस के दौरान किड़े पिगमेंट्स जी रिएक्शन सेंटर का काम करते हूँ अगर आप प्लांट दी पढ़िया हुई प्लेलिस्ट जो मैं पहला भी कह चुकी तुम्हें जाके चेक कर सकते सद काफी डिटेल आप हो सेंट दाम करता है फोटोसेंथेसिस कि पिगमेंट एज अ रिएक्शन सेंटर काम करते हैं कैरोटीन है आँ... ਫਾਈਟੋਕ੍ਰੋਮ ਹੈ ਪੀ 700 ਹੈ ਕਿ ਸਾਈਟੋਕ੍ਰੋਮਸ ਹੈ ਗਿਆ ਹੁਣ ਠੀਕ ਹੈ ਕੈਰੋਟੀਨੋਇਡ ਦਾ ਅਸੈਸਰੀ ਪਿਗਮੈਂਟ ਹੈ ਠੀਕ ਹੈ ਅਸੈਸਰੀ ਪਿਗਮੈਂਟ ਹੈ ਇਹ ਲਾਈਟ ਹਾਰਵੈਸਟਿੰਗ ਸਿਸਟਮ ਹੁੰਦਾ ਆਸ-ਪਾਸ ਠੀਕ ਹੈ ਉਹਦੇ ਵਿੱਚ ਹੁੰਦਾ ਰਿਐਕਸ਼ਨ ਸੈਂਟਰ ਇਹ ਰਿਐਕਸ਼ਨ ਸੈਂਟਰ ਹੁੰਦਾ ਆ ਤੇ ਇਹ ਕੀ ਹੁੰਦੀ ਹੈ ਲਾਈਟ ਹਾਰਵੈਸਟਿੰਗ ਕੰਪਲੈਕਸਿਸ ਹੁੰਦੀ ਹੈ ਠੀਕ ਹੈ ਸੋ ਇਹਨਾਂ ਦੇ ਵਿੱਚ ਲਾਈਟ ਹਾਰਵੈਸਟਿੰਗ ਕੰਪਲੈਕਸ ਜਿਹੜੇ ਹੁੰਦੇ ਆ ਇਹਨਾਂ ਦੇ ਵਿੱਚ ਸਾਰੇ ਬਾਕੀ ਦੇ ਅਸੈਸਰੀ ਪਿਗਮੈਂਟਸ ਹੁੰਦੇ ਆ ਕੈਰੋਟੀਨੋਇਡਸ ਐਂਡੋਫਾਈਲਸ ਵਗੈਰਾ ਇੱਥੇ ਹੁੰਦੀਆਂ ਪੀ uh, 680 ਇਹ ਪ੍ਰੈਜ਼ెంట్ ਹੁੰਦੇ ਸੌਰੀ ਠੀਕ ਹੈ 680 ਹੁੰਦਾ 800 ਨਹੀਂ ਹੁੰਦਾ ਸੋ ਕਹਿੰਦੇ ਇਹ ਦੋਨੋਂ ਜਿਹੜੇ ਹੁੰਦੇ ਹੈਗੇ ਆ ਇਹ ਪ੍ਰੈਜ਼ెంట్ ਹੁੰਦੇ ਉਹ ਡਿਪੈਂਡ ਕਰਦਾ ਕਿ ਫੋਟੋ ਸਿਸਟਮ 1 ਹੈ ਕਿ 2 ਹੈਗਾ ਠੀਕ ਹੈ ਹੁਣ ਬੇਸਿਕਲੀ ਪਹਿਲਾ ਅਗਰ ਆਪਾਂ ਗੱਲ ਕਰਦੇ ਤਾਂ ਫੋਟੋ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਪੀ 700 ਜਿਹੜਾ ਆ ਠੀਕ ਹੈ ਉਹ ਰਿਐਕਸ਼ਨ ਸੈਂਟਰ ਦਾ ਕੰਮ ਕਰੇਗਾ ਉਹ ਜਿਹੜੇ ਮਤਲਬ ਆਸ-ਪਾਸ ਦੇ ਸਾਸਟਰੀ ਪਿਗਮੈਂਟ ਨੇ ਜਿਨੇ ਵੀ ਸੋਲਰ એનર્ਜੀ ਨੂੰ ਟਰੈਪ ਕੀਤਾ ਹੁੰਦਾ ਫੋਟੋ ਸਿਸਟਮ ਦੇ ਵਿੱਚ ਚਲੀ ਜਾਂਦੀ ਆ ਇਸ ਅਸੈਸਰੀ ਪਿਗਮੈਂਟ ਕੋਲ ਸੌਰੀ ਇਸ ਪਿਗਮੈਂਟ ਦੇ ਕੋਲ ਉਹ ਦਨ ਇਹਦੀ অপਸ਼ਨ ਹੈਗੀ অপশন ਸੀ ਇਸ ਵੀਡੀਓ ਚ ਆਪਾਂ ਕਰਦੇ ਹਾਂ 50 ਕੁਐਸਚਨਸ ਠੀਕ ਹੈ ਨੈਕਸਟ ਵੀਡੀਓ ਦੇ ਵਿੱਚ ਬਾਕੀ ਦੇ ਰਹਿੰਦੇ ਜਿੰਨੇ ਵੀ ਕੁਐਸਚਨਸ ਹੈਗੇ ਆ ਆਪਾਂ ਕੰਪਲੀਟ ਕਰ ਲਾਂਗੇ ਥਰਡ ਪਾਰਟ ਦੇ ਵਿੱਚ ਸੋ ਅਗਰ ਤੁਸੀਂ ਇਹਦਾ ਫਰਸਟ ਪਾਸਟ ਪਾਰਟ ਨਹੀਂ ਦੇਖਿਆ ਹੋਇਆ ਤਾਂ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਮੈਂ ਕਾਰੀਆ ਠੀਕ ਹੈ then ਉਹ ਪਲੇਲਿਸਟ ਵੀ ਹੈਗੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੇ ਤੇ ਲਾਈਕ ਜ਼ਰੂਰ ਕਰ ਦੇਣਾ ਨਯੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਔਰ ਆਪਾਂ ਅੱਗੇ ਮਾਸਟਰ ਕੈਡਰ ਦੀ ਤਿਆਰੀ ਜਿਹੜੀ ਹੈਗੀ ਉਹ ਕੰਪਲੀਟ ਕਰ ਸਕੀਏ ਸੋ ਬਾਕੀ ਕਰਦੀ ਆ ਨੈਕਸਟ ਵੀਡੀਓ ਚ ਥੈਂਕਸ ਫॉर ਵਾਚਿੰਗ ਦ ਵੀਡੀਓ